ਫਿਰ ਉਹ ਤਾਂ ਕੋਈ ਅਹਿਮ ਖਬਰ ਤੋਂ ਆਗਾਹ ਕਰੇ ਨੇ ਸਿੱਧੂ ਮੂਸੇਵਾਲਾ ਕੇਸ ਵਿੱਚ ਦੋ ਮੁਲਜ਼ਮਾਨ ਜੇਲ੍ਹ ਦੇ ਵਿੱਚ ਕਤਲ ਥੀ ਗਏ। ਜਸ਼ਨ ਦੀ ਵੀਡੀਓ ਵਾਇਰਲ ਥੀਵਣ ਦੇ ਸੁਪਰੀਡੈਂਟ ਸਮੇਤ ਆਲਾ ਅਫਸਰਾਂ ਜਿਹੜੇ ਨਾ ਮੌਕੇ 'ਤੇ ਮੁਅੱਤਲ ਥੀ ਗਏ। ਤੁਹਾਨੂੰ ਪਤਾ ਕਿ ਸਿੱਧੂ ਮੂਸੇਵਾਲਾ ਇੰਡੀਅਨ ਜਿਹੜੇ ਨਾ ਗੁਲੂਕਾਰ ਹਨ, ਕੁਝ ਅਰਸਾ ਪਹਿਲੇ ਉਹਨਾਂ ਦਾ ਕਤਲ ਥੀ ਗਿਆ ਜੀ, ਅਤੇ ਉਹਨਾਂ ਦੇ ਦੋ ਮੁਲਜ਼ਮਾਨ ਪਕੜੇ ਗਏ ਹਨ, ਜਿਹੜੇ ਹੁਣ ਪਤਾ ਲੱਗਦਾ ਪਏ ਜੇਲ੍ਹ ਦੇ ਵਿੱਚ ਜਿਹੜੇ ਨਾ ਪੁਲਿਸ ਅਤੇ ਜਿਹੜੇ ਬਕਾਇਆ ਮੁਲਜ਼ਮ ਹਨ ਉਹਨਾਂ ਦੀ ਵੀਡੀਓ ਵਾਇਰਲ ਥੀ ਗਈ, ਕਿਉਂਕਿ ਉਹਨਾਂ ਰਲ ਮਿਲਦੇ ਕਤਲ ਕੀਤੇ ਅਤੇ ਉਹ ਜਸ਼ਨ ਮਨਾਉਂਦੇ ਪਏ ਹਨ। ਅਤੇ ਇਹਦੇ ਦੌਰਾਨ ਹੀ ਜਿਹੜਾ ਨਾ ਵੀਡੀਓ ਸਾਹਮਣੇ ਆਉਣ ਨਾਲ ਹੀ ਸੱਤ ਆਲਾ ਅਹੁਦੇਦਾਰ ਨੂੰ ਮੁਅੱਤਲ ਕਰ ਦਿੱਤਾ ਗਿਆ, ਜਿਹਦੇ ਵਿੱਚ ਪੰਜ ਗ੍ਰਿਫਤਾਰ ਥੀ ਗਏ ਅਹਿਲਕਾਰ। ਇਹਦੀ ਵੀਡੀਓ ਜਿਹੜੀ ਹੈ ਨਾ ਵਾਇਰਲ ਥੀ ਗਈ। ਅਤੇ ਬਿਰਾਓ ਤੁਹਾਡੇ ਨਾਲ ਗੁਜ਼ਾਰਿਸ਼ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਪ੍ਰੈਸ ਕਰੋ, ਮਿਹਰਬਾਨੀ। ਮਾਦੇ ਰਾਮ ਤੇ ਡਬੇ।